हाँ जी दोस्तों, अज आप पहुँच गए हैं बोर शहर की गली नंबर 14 छेवें चौक में, जिथे कई सालों तो ब्यूटी सर्विसेज दे के ग्राहकों की पहली पसंद बनया होया है फ्यूजन सलून। एक ऐसा सलून है जो सब तो घट रेटा में वधिया क्वालिटी लिए जाने जाता है। होर तो होर इस सलून में फेशियल, हेयर कट, हेयर डिजाइन, ब्राइडल मेकअप, नेल आर्ट की फैसिलिटी के नाल आर्टिफिशियल ज्वैलरी, लहंगिया की भी पूरी रेंज है। मतलब जे किसी लड़की ने विआह लई मेकअप कराना हो सारा समान एको जगह तो मिल सकता है, तो वह है फ्यूजन सलून। दोस्तों फ्यूजन सलून दियां दो ब्रांचा हैं, एक है 14 नंबर गली छेवां चौक, तो दूसरी है सिटी वॉक मॉल हनुमानगढ़ रोड अबोहर। नाले इत्थे लड़कियां नूं सब तो घट फीस उपर कोर्स भी करवाए जा रहे हैं। फिर तुसी की सोच रहे हो, ब्यूटी कोर्स करना है या मेकअप कराना है, तो एक बार विजिट जरूर करो फ्यूजन सलून सीट नंबर 14 छेवां चौक अबोहर। और जानकारी लई तुसी स्क्रीन उपर दिते नंबरों उपर भी संपर्क कर सकते हो। सारे देख रहे दर्शकों नूं नमस्कार। ਕਿਹੜੀਆਂ ਸਰਵਿਸ ਆਪਣੇ ਸੈਲੂਨ ਦੇ ਰਿਹਾ ਜੀ? ਸਰ ਆਪਣੇ ਕੋਲ ਸਾਰੀ ਸਰਵਿਸ ਹੈਗੇ ਨੇ, ਆਪਣਾ ਮੇਨ ਪਰਪਸ ਸੈਲੂਨ ਦਾ ਹੈਗਾ। ਸੈਲੂਨ ਦੇ ਵਿੱਚ ਜਿਵੇਂ ਮੇਕਅਪ, ਹੇਅਰ, ਸਕਿਨ ਤਿੰਨੋਂ ਸਰਵਿਸਿਸ ਅਵੇਲੇਬਲ ਹੁੰਦੀਆਂ ਨੇ। ਏ ਟੂ ਜ਼ੈਡ ਸਾਰੀ ਸਰਵਿਸਿਸ ਮਿਲਣਗੀਆਂ। ਸਕਿਨ ਦੇ ਵਿੱਚ ਵੀ ਸਾਰੀ ਸਰਵਿਸਿਸ, ਹੇਅਰ ਦੇ ਵਿੱਚ ਜਿਵੇਂ ਸਮੂਥਨਿੰਗ ਹੋ ਗਈ, ਰਿਬੋਨਿੰਗ ਹੋ ਗਈ, ਫੈਸ਼ਨ ਕਲਰ, ਗਲੋਬਲ ਕਲਰ, ਸਾਰੀ ਏ ਟੂ ਜ਼ੈਡ ਜਿੰਨੀ ਵੀ ਹੇਅਰ ਦੀ ਸਰਵਿਸਿਸ ਨੇ। ਮੇਕਅਪ ਦੇ ਵਿੱਚ ਵੀ ਮੇਕਅਪ ਜਿਸ ਤਰ੍ਹਾਂ ਦਾ ਵੀ ਕਲਾਇੰਟ ਕਰਾਉਣਾ ਚਾਹੁੰਦਾ ਹੈ, ਨੈਚੁਰਲ ਕਰਵਾਉਣਾ ਚਾਹੁੰਦਾ ਹੈ, ਐਚ ਡੀ ਕਰਵਾਉਣਾ ਚਾਹੁੰਦਾ ਹੈ, ਵਾਟਰ ਪਰੂਫ ਮੇਕਅਪ, ਮੇਕਅਪ ਵੀ ਆਪਾਂ ਨੂੰ ਜਿਸ ਤਰ੍ਹਾਂ ਦੀ ਕਲਾਇੰਟ ਦੀ ਡਿਮਾਂਡ ਹੁੰਦੀ ਆ ਆਪਾਂ ਉਸ ਤਰ੍ਹਾਂ ਦਾ ਮੇਕਅਪ ਕਰਕੇ ਦਿੰਦੇ ਹੈਗੇ ਹਾਂ। ਔਰ ਪਲੱਸ ਕਲਾਇੰਟ ਨੂੰ ਆਪਣੇ ਕੋਲ ਆਉਣ ਦਾ ਇੱਕ ਇਹ ਬੈਨੀਫਿਟ ਹੋਏਗਾ ਕਿ ਉਹਨੂੰ ਕਿਤੇ ਵੀ ਦੂਰ ਜਾਣ ਦੀ ਲੋੜ ਨਹੀਂ ਪਏਗੀ। ਆਪਣੇ ਕੋਲ ਲਹਿੰਗੇ ਦੀ, ਜਵੈਲਰੀ ਦੀ, ਨੇਲ ਐਕਸਟੈਂਸ਼ਨ ਦੀ ਤਿੰਨੋਂ ਫੈਸਿਲਿਟੀਜ਼ ਅਵੇਲੇਬਲ ਨੇ। ਲਹਿੰਗਾ ਵੀ ਆਪਣੇ ਕੋਲ ਹੈ, ਲਹਿੰਗੇ ਦੀ ਸਟਾਰਟਿੰਗ 2500-3000 ਤੋਂ ਰੇਂਜ ਸਟਾਰਟ ਹੋ ਜਾਂਦੀ ਹੈ, ਜੋ ਤੁਸੀਂ ਮਾਰਕੀਟ 'ਚ ਟਰਾਈ ਕਰਿਆ ਜੇ ਕਿਤੇ ਵੀ ਨਹੀਂ ਮਿਲੇਗਾ। ਔਰ ਲਹਿੰਗੇ ਤੁਹਾਨੂੰ ਮੈਂ ਦਿਖਾ ਦਾਂਗੀ, ਕਾਫੀ ਅੱਛੇ ਲਹਿੰਗੇ ਨੇ, ਕਾਫੀ ਅੱਛੀ ਰੇਂਜ ਹੈਗੀ ਆਪਣੇ ਕੋਲ, ਕਲਰ ਵੀ ਬੜੇ ਨਾਈਸ ਨੇ। ਇੱਕ ਤੁਹਾਨੂੰ ਮੈਂ ਜਿਹੜੀ ਦਿਖਾਈ ਹੈ ਬ੍ਰਾਈਡਲ, ਉਸ ਤਰ੍ਹਾਂ ਦਾ ਨੈਚੁਰਲ ਮੇਕਅਪ ਆਪਾਂ ਕੀਤਾ ਹੈ ਬ੍ਰਾਈਡਲ ਦੇ। ਉਹ ਲਹਿੰਗਾ ਵੀ ਆਪਣਾ ਸੀ, ਜਵੈਲਰੀ ਵੀ ਔਰ ਨੇਲ ਐਕਸਟੈਂਸ਼ਨ ਸਭ ਕੁਝ ਆਲ ਓਵਰ ਹੁੰਦਾ, ਪੂਰਾ ਮੇਕਓਵਰ ਆਪਾਂ ਖੁਦ ਹੀ ਕੀਤਾ ਹੈ। ਤਾਂ ਕਲਾਇੰਟ ਨੂੰ ਇਹ ਬੈਨੀਫਿਟ ਹੋ ਜਾਏਗਾ ਕਿ ਕਿਤੇ ਵੀ ਜਾਣ ਦੀ ਉਹਨੂੰ ਨੀਡ ਨਹੀਂ ਪਏਗੀ, ਸਾਰੀ ਸਰਵਿਸ ਆਪਣੇ ਕੋਲ ਮਿਲੇਗੀ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ। ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ, ਤੁਹਾਨੂੰ ਖੁਦ ਲੱਗੇਗਾ ਫਰਕ ਕਿ ਕਿੰਨਾ ਫਰਕ ਹੈ। ਇੱਕ ਹੀ ਜਗ੍ਹਾ ਤੇ ਤੁਹਾਨੂੰ ਸਾਰੀ ਫੈਸਿਲਿਟੀ ਵੀ ਮਿਲੇਗੀ ਔਰ ਰੇਟ ਵੀ ਬੜੇ ਅੱਛੇ ਹੋਣਗੇ। ਮੈਂ ਫਿਊਜ਼ਨ ਸਲੂਨ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਅਵੇਲੇਬਲ ਹੈਗੀਆਂ? ਸਰ ਇੱਕ ਤਾਂ ਆਪਾਂ ਸਰਵਿਸਿਸ ਤਾਂ ਦੇ ਹੀ ਰਹੇ ਆ, ਪਲੱਸ ਆਪਾਂ ਕੋਰਸ ਵੀ ਕਰਵਾ ਰਹੇ ਆ, ਨੇਲ ਐਕਸਟੈਂਸ਼ਨ ਵੀ ਕਰਵਾ ਰਹੇ ਆ, ਸਕਿਨ, ਮੇਕਅਪ, ਹੇਅਰ ਤਿੰਨੋਂ ਬੇਸਿਕ ਔਰ ਐਡਵਾਂਸ ਦੋਨੋਂ ਕੋਰਸਸ ਕਰਵਾ ਰਹੇ ਆ। ਆਪਣੀ ਦੋ ਬ੍ਰਾਂਚਸ ਹੈਗੀਆਂ ਨੇ, ਇੱਕ ਤਾਂ ਮੇਨ ਬੱਸ ਸਟੈਂਡ ਦੇ ਨਜ਼ਦੀਕ ਹੈ 40 ਨੰਬਰ ਸਟ੍ਰੀਟ 'ਚ ਔਰ ਇੱਕ ਆਪਣੀ ਸਿਟੀ ਵਰਕ ਦੇ ਵਿੱਚ ਹੈਗੀ ਹੈ। ਦੋ ਬ੍ਰਾਂਚਸ ਨੇ, ਦੋਨਾਂ ਤਰਫ ਹੀ ਅਕੈਡਮੀ ਚੱਲ ਰਹੀ ਹੈ, ਜਿੱਥੇ ਜਿਹਨੂੰ ਕੰਫਰਟੇਬਲ ਲੱਗਦਾ ਉਸ ਅਕੈਡਮੀ 'ਚ ਵਿਜ਼ਿਟ ਕਰ ਸਕਦਾ ਔਰ ਆਪਣੇ ਕੋਰਸਸ ਜਿਹੜੇ ਹੈਗੇ ਨੇ ਉਹਨਾਂ ਤੇ 50% ਆਫ ਚੱਲੀ ਜਾਂਦਾ ਹੈ। ਠੀਕ ਹੈ। ਇੱਕ ਜਿਹੜਾ ਵੀ ਪਰਸਨ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਦੇ ਲਈ ਇੱਕ ਸਪੈਸ਼ਲ ਆਫਰ ਹੈਗਾ ਜੋ ਵਿਜ਼ਿਟ ਕਰਨ ਤੇ ਉਹਨਾਂ ਨੂੰ ਪਤਾ ਲੱਗੇਗਾ ਔਰ ਬਹੁਤ ਖੁਸ਼ ਹੋ ਕੇ ਜਾਏਗਾ ਉਹ। ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। 14 ਨੰਬਰ ਸੀਟ ਬੱਸ ਸਟੈਂਡ ਦੇ ਨੀਅਰ ਅਬਾਊਟ ਹੈ ਔਰ ਸੈਕਿੰਡ ਆਪਣੀ ਬ੍ਰਾਂਚ ਹੈਗੀ ਹੈ ਸਿਟੀ ਵਰਕ ਦੇ ਵਿੱਚ ਗਰਾਊਂਡ ਫਲੋਰ ਤੇ 125 ਨੰਬਰ ਸ਼ੋਪ। ਠੀਕ ਹੈ ਮੈਮ, ਥੈਂਕ ਯੂ। ਥੈਂਕ ਯੂ ਸਰ। ਇਹ ਕਾਮਨਲੀ ਦੇਖੀ ਜਾਂਦੀ ਹੈ ਕਿ ਜਦੋਂ ਆਪਾਂ ਆਫਰਸ ਬਣਾ ਦਿੰਦੇ ਹਾਂ, ਚਾਹੇ ਹੁਣ ਜਿਵੇਂ ਅਕੈਡਮੀ ਦੇ ਕੋਰਸਸ ਹੈਗੇ ਨੇ ਜਾਂ ਸਰਵਿਸਿਜ਼ ਹੈਗੀਆਂ ਨੇ ਕਲਾਇੰਟ ਦੀਆਂ, ਤਾਂ ਆਫਰ ਦੇ ਵਿੱਚ ਕੁਆਲਿਟੀ ਥੋੜੀ ਲੋ ਹੋ ਜਾਂਦੀ ਹੈ। ਬਟ ਤੁਸੀਂ ਸਾਡੇ ਕੋਲ ਵਿਜ਼ਿਟ ਕਰੋਗੇ ਤੁਹਾਨੂੰ A1 ਕੁਆਲਿਟੀ ਮਿਲੇਗੀ, ਚਾਹੇ ਉਹ ਅਕੈਡਮੀ ਦੀ ਸਰਵਿਸਿਜ਼ ਹੈਗੀਆਂ ਨੇ ਕੋਰਸ ਲਈ ਆ ਰਹੇ ਹੋ, ਚਾਹੇ ਤੁਸੀਂ ਸਰਵਿਸਿਜ਼ ਲਈ ਆ ਰਹੇ ਹੋ, ਤਾਂ ਤੁਸੀਂ ਪੂਰਾ ਸੈਟੀਸਫਾਈ ਹੋ ਕੇ ਜਾਓਗੇ। ਤੋ ਸੋ ਮਸਟ ਵਿਜ਼ਿਟ। ਆਪਣੇ ਕੋਂਬੋ ਪੈਕ ਵੀ ਹੈ? ਹਾਂਜੀ ਸਰ। ਪ੍ਰੋਡਕਟ ਕਿਹੜੀ ਕੰਪਨੀਆਂ ਯੂਜ਼ ਹੁੰਦੇ? ਪ੍ਰੋਡਕਟ ਹੇਅਰ ਦੇ ਵਿੱਚ ਮੈਟ੍ਰਿਕਸ, ਕੋਸਕੋਪ, ਲੋਰੀਅਲ ਤਿੰਨੋਂ ਆਪਾਂ ਪ੍ਰੋਫੈਸ਼ਨਲ ਯੂਜ਼ ਕਰਦੇ ਆਂ ਔਰ ਸਕਿਨ ਦੇ ਵਿੱਚ ਵੀ ਸਾਰੇ ਆਪਾਂ ਪ੍ਰੋਫੈਸ਼ਨਲ ਯੂਜ਼ ਕਰਦੇ ਆਂ। ਠੀਕ ਹੈ ਜੀ। ਆਪਣੇ ਕੋਲ ਫੇਸ਼ੀਅਲ ਜਿਵੇਂ ਦੇਖੋ 350 ਤੋਂ ਸਟਾਰਟ ਸੀ, ਬਟ ਹੁਣ ਉਹਦੇ 'ਚ 50% ਆਫ ਹੈਗਾ, ਤਾਂ ਤੁਹਾਨੂੰ 200 ਤੋਂ ਵੀ ਘੱਟ ਫੇਸ਼ੀਅਲ ਪਏਗਾ। ਬਲੀਚ ਹੈ 50 ਦੀ ਓਨਲੀ, ਕਲੀਨ ਅਪ 150 ਦਾ ਪਏਗਾ। 50% ਆਫ ਕਰਕੇ ਤੁਹਾਨੂੰ ਬਹੁਤ ਬਜਟ 'ਚ ਪੈ ਰਹੀ ਹੈ ਜੋ ਵੀ ਸਰਵਿਸ ਲਓਗੇ। ਠੀਕ ਹੈ ਜੀ। ਮੈਨੀਕਿਓਰ, ਪੈਡੀਕਿਓਰ ਸਭ ਕੁਝ ਹੈ ਜੀ? ਹਾਂਜੀ, ਟੋਟਲੀ ਆਲ ਸਰਵਿਸਿਸ ਅਵੇਲੇਬਲ ਨੇ। ਠੀਕ।
ਹੈ।